ਤੇ ਇਹਦੇ ਵਿਚਾਰੇ ਦੇ ਕੰਨ ਚ ਪਾਣੀ ਪੈ ਗਿਆ ਹੈਗਾ ਥੋੜੇ ਦਿਨ ਪਹਿਲਾਂ। ਉਹ ਬਾਂਦਰ ਜਿਹਾ ਕੁੱਤਿਆ ਆ ਗਿਆ। ਅਹੇ ਚਲੀਏ। ਇਹਨੂੰ ਪਹਿਲਾਂ ਪਹਿਲਾਂ ਨਾ ਗੱਡੀ 'ਚ ਘੁੰਮਣ ਦੀ ਐਕਸਾਈਟਮੈਂਟ ਹੁੰਦੀ ਹੈ, ਜਦ ਤੱਕ ਗੱਡੀ 'ਚ ਚੜ੍ਹਨਾ ਹੋਵੇ ਪੰਜਾਬ ਪੈਟ ਪੁਆਇੰਟ ਦੇਖ ਕੇ ਡਰਦਾ। ਆਪਾਂ ਤੁਹਾਨੂੰ ਸਾਰੇ ਸੀਨ ਦਿਖਾਵਾਂਗੇ ਇਹਦੇ ਚੱਲਦੀ ਵੀਡੀਓ 'ਚ। ਮੈਨੂੰ ਤੁਹਾਡਾ ਸਾਰਿਆਂ ਦਾ ਇੱਕ ਸਵਾਲ, ਉਹਨੂੰ ਪਤਾ ਲੱਗ ਗਿਆ ਕਿ ਪੰਜਾਬ ਪੈਟ ਪੁਆਇੰਟ ਆ ਗਏ ਆਪਾਂ ਹੁਣ ਉਹਦੇ। ਸੌਰੀ ਭਾਜੀ ਸੌਰੀ, ਉਹ ਮੁੰਡੇ ਕਹਿੰਦੇ ਰੈਂਬੋ ਰੈਂਬੋ। ਜਿਵੇਂ ਤੁਹਾਡੇ ਪਾਣੀ ਘੱਟ ਤੋਂ ਘੱਟ ਇੱਕ ਤੋਂ ਮਹੀਨਾ ਡੇਢ ਮਹੀਨਾ ਦੋ ਮਹੀਨੇ ਪਹਿਲਾਂ ਦਾ ਜਿਹੜੀ ਇਨਫੈਕਸ਼ਨ ਇਹਦੇ ਕੰਨ ਚ ਗਈ ਹੈ। ਹੱਥ ਲਗਾਉਣਾ ਦਰਦ ਕਰ ਰਹੀ ਨਾ ਖੁਸ਼ਬੂ। ਕਿਤਨਾ ਅੱਛਾ ਦਿਨ ਹੈ ਯਾਰ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਪੀ ਐਸ ਟੁਡਾਲ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਆਪਣੇ ਇਸ ਯੂਟਿਊਬ ਚੈਨਲ ਪੀ ਐਸ ਵਲੌਗਸ ਦੇ ਅੰਦਰ। ਇੱਥੇ ਬਹਿ ਕੇ ਗੱਲ ਨਹੀਂ ਕਰਨੀ, ਇੱਥੇ ਬਹੁਤ ਵਾਰੀ ਕਰ ਚੁੱਕੇ ਹਾਂ, ਅੱਜ ਇੱਥੇ ਖੜ ਕੇ ਗੱਲ ਕਰਾਂਗੇ। ਪਹਿਲਾਂ ਇਹਦੀ ਗੱਲ ਕਰ ਲਈਏ, ਇਹਦੀ ਇੱਦਾਂ ਗੱਲ ਨਹੀਂ ਕਰਨੀ, ਗੱਲ ਕਰ ਲਈਏ। ਸਾਰਿਆਂ ਨੇ ਕਹਿੰਦੇ ਆ ਇਹਨਾਂ ਇਹਨਾਂ ਵਲੌਗ ਕਰੋ, ਹੈ ਨਾ, ਕਮੈਂਟ ਵੀ ਆਏ, ਕੋਈ ਨਾ ਇਹਦੇ ਨਾਲ ਵਲੌਗ ਛੇਤੀ ਕਰਾਂਗੇ। ਅਤੇ ਜਿਹੜਾ ਫਿਲਹਾਲ ਆਪਾਂ ਵਲੌਗ ਕਰਨ ਲੱਗੇ ਹਾਂ ਅੱਜ ਦੋਸਤੋ, ਆਪਣੇ ਡੋਗੀ ਉੱਤੇ ਆ। ਤੁਸੀਂ ਸਾਰਿਆਂ ਨੇ ਮੇਰਾ ਡੋਗੀ ਨਹੀਂ ਦੇਖਿਆ ਹੋਊਗਾ, ਮੇਰੇ ਡੋਗੀ ਦਾ ਨਾਮ ਹੈਗਾ ਸੀਜ਼ਰ ਜੀ, ਉਹ ਹੈਗਾ ਕੋਕਰ ਸਪਿਨੀਅਲ। ਬਾਅਦ ਸਾਰੀਆਂ ਗੱਲਾਂ ਇੱਥੇ ਕਰ ਦੂੰਗਾ ਅਤੇ ਵਲੌਗ ਚੱਕੇ ਕੀ ਦਿਖਾਊਂਗਾ, ਅੱਗੇ ਜਾ ਕੇ ਦੇਖਦੇ ਹਾਂ ਕੀ ਆ, ਆਜੋ ਅੱਗੇ ਦੇਖ ਲਓ। ਸਤਿ ਸ਼੍ਰੀ ਅਕਾਲ। ਦੋਸਤੋ ਇਹ ਹੈਗਾ ਜੀ ਆਪਣਾ ਸੀਜ਼ਰ, ਸੀਜ਼ਰ ਹੈਗਾ ਜੀ ਕੋਕਰ ਸਪੀਨੀਅਲ ਡੋਗ। ਜਦੋਂ ਬਾਈ ਸਰਚ ਕਰ ਲਿਓ ਇਹਦੇ ਬਾਰੇ, ਬਹੁਤ ਘੈਂਟ ਡੋਗ ਆ। ਉੱਦਾਂ ਇਹ ਪ੍ਰਜਾਤੀ ਜਿਹੜੀ ਆ ਮੋਸਟਲੀ ਸ਼ਿਕਾਰ ਦੇ ਤੌਰ 'ਤੇ ਇਹਨੂੰ ਵਰਤਦੇ, ਜਿਹੜੇ ਹੰਟਰਸ ਹੁੰਦੇ ਆ ਨਾ ਉਹ ਜਦੋਂ ਹੰਟ ਕਰਦੇ ਆ ਤਾਂ ਇਹ ਸ਼ਿਕਾਰ ਨੂੰ ਚੱਕ ਕੇ ਕੋਲ ਲੈ ਕੇ ਆਉਂਦੇ ਆ, ਜਾਂ ਕਈ ਵਾਰੀ ਕਹਿੰਦੇ ਨਾ ਖਰਗੋਸ਼ ਵਗੈਰਾ ਮਾਰ ਦਿੰਦੇ, ਗੋਲੀ ਲੱਗੀ ਰਹਿ ਜਾਂਦੀ ਤਾਂ ਖਰਗੋਸ਼ ਜਾ ਕੇ ਵੜ ਜਾਂਦਾ ਬਿੱਲ 'ਚ, ਅਤੇ ਉਹ ਇਹ ਜਾ ਕੇ ਬਿੱਲ ਵਿੱਚੋਂ ਕੱਢ ਕੇ ਲਿਆਉਂਦੇ ਹੋਏ ਆ ਮਰੇ ਹੋਏ ਖਰਗੋਸ਼ ਨੂੰ, ਅਤੇ ਉਹ ਡੋਗ ਆ। ਅਤੇ ਸਮਝਦਾਰ ਇੰਨੇ ਕੁ ਜ਼ਿਆਦੇ ਆ, ਸਟੈਚੂ ਕਹੀਏ ਸਟੈਚੂ ਬਹੁਤ ਪ੍ਰੋਪਰ ਆ, ਸਟੈਚੂ ਹੋ ਜਾਂਦਾ। ਹੁਣ ਹਾਲੇ ਘੱਟ ਗਿਆ ਥੋੜ੍ਹਾ ਜਿਹਾ, ਪਤਾ ਨਹੀਂ ਕਿਉਂ ਕਿ ਥੋੜ੍ਹਾ ਜਿਹਾ ਬਿਮਾਰ ਜਿਹਾ ਰਹਿੰਦਾ ਹੈ। ਅੱਜ ਆਪਾਂ ਚੱਲੇ ਹੈਗੇ ਜੀ ਪੰਜਾਬ ਪੈਟ ਪੁਆਇੰਟ, ਪਿਛਲਾ ਤੁਸੀਂ ਵਲੌਗ ਦੇਖਿਆ ਹੋਣਾ ਆ, ਅਤੇ ਇਹਦੇ ਵਿਚਾਰੇ ਦੇ ਕੰਨ 'ਚ ਪਾਣੀ ਪੈ ਗਿਆ ਹੈਗਾ ਥੋੜ੍ਹੇ ਦਿਨ ਪਹਿਲਾਂ। ਮੈਂ ਕਿਹਾ ਚੱਲ ਘਰ ਨਵਾਉਣ ਦਾ ਰਿਸਕ ਨਹੀਂ ਲੈਣਾ ਹੈਗਾ, ਆਪਾਂ ਪੰਜਾਬ ਪੈਟ ਪੁਆਇੰਟ ਜਾ ਕੇ ਹੀ ਨਵਾ ਲਈਏ। ਸੀਜ਼ਰ ਓਕੇ ਫ੍ਰੀ ਆ ਤੂੰ ਹੁਣ, ਇੱਥੇ ਆ ਸੀਜ਼ਰ ਸੈਟ। ਦੋ ਵਾਰੀ ਪਹਿਲਾਂ ਤੈਨੂੰ ਕਿਹਾ ਫਿੱਟ ਹੋਣ ਨੂੰ, ਸਾਰੀ ਬੇਇੱਜ਼ਤੀ ਕਰਾ ਕੇ ਰੱਖ ਦਿੱਤੀ ਮੇਰੀ ਇੰਟਰਨੈਟ 'ਤੇ। ਮੈਂ ਕਿਹਾ ਪਤਾ ਨਹੀਂ ਕਿੰਨਾ ਸਿਆਣਾ ਆ। ਓ ਭਾਈ ਜੀ ਮਾਰ ਤੈਨੂੰ ਕਹਿ ਲਈਏ ਸੀਜ਼ਰ, ਕੰਮ ਕੰਮ ਤੇਰੀ ਇੱਜ਼ਤ ਕਰ ਲਈਏ, ਤੂੰ ਸੁਧਰਨਾ ਨਹੀਂ ਹੈਗਾ ਇਹਦੇ। ਸਹੀ ਆ, ਮੂਹਰੇ ਮੂਹਰੇ ਦੇਖ ਕੇ ਤਾਂ ਜਾਂਦੇ ਆਪਣੇ, ਵੇਟ ਕਰਦਾ ਮੇਰੀ ਚੱਲ ਚੁੱਕੀ ਹੈ। ਪਤਾ ਉਹਨੂੰ ਲੱਗ ਗਿਆ ਇਹਨੂੰ ਪਹਿਲਾਂ ਪਹਿਲਾਂ ਨਾ ਗੱਡੀ 'ਚ ਘੁੰਮਣ ਦੀ ਐਕਸਾਈਟਮੈਂਟ ਹੁੰਦੀ ਹੈ, ਜਦ ਤੱਕ ਗੱਡੀ 'ਚ ਚੜ੍ਹਨਾ ਹੋਵੇ, ਅਤੇ ਜਦੋਂ ਗੱਡੀ 'ਚ ਉਤਰੀਏ ਨਾ ਲਵਿਸ਼ ਪੰਜਾਬ ਪੈਟ ਪੁਆਇੰਟ ਪਹੁੰਚਦੇ ਹਾਂ, ਪੰਜਾਬ ਪੈਟ ਪੁਆਇੰਟ ਦੇਖ ਕੇ ਡਰਦਾ। ਆਪਾਂ ਤੁਹਾਨੂੰ ਸਾਰੇ ਸੀਨ ਦਿਖਾਵਾਂਗੇ, ਇਹਦੇ ਬਹੁਤ ਸਿਰਾ ਲਾਉਂਦਾ ਹੁੰਦਾ, ਇਹਦੇ ਰਿਐਕਸ਼ਨ ਦੇਖਿਓ। ਚਲੀਏ ਕਹਾਂ ਯਾਰ, ਚੱਪਲਾਂ ਦੇ ਦਿਓ ਕੋਈ ਜਾਣਾ ਸਿੱਧੀਆਂ, ਮੈਨੂੰ ਗੁੜੀਆਂ ਵਾਲੀਆਂ ਚੱਪਲਾਂ ਪਾਈ ਕਰਦਾ ਮੈਂ। ਸੀਜ਼ਰ 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 ਓਏ, ਉਹ ਬਾਂਦਰ ਜਿਹਾ ਕੁੱਤਿਆ ਆ ਗਿਆ। ਅਹੇ ਚਲੀਏ। ਚੱਲਦੀ ਵੀਡੀਓ 'ਚ ਮੈਨੂੰ ਤੁਹਾਡਾ ਸਾਰਿਆਂ ਦਾ ਇੱਕ ਸਵਾਲ, ਮੈਨੂੰ ਨਹੀਂ ਮਤਲਬ ਮੇਰਾ ਤੁਹਾਡੇ ਸਾਰਿਆਂ ਨੂੰ, ਜੋ ਵੀ ਆ ਯਾਰ ਇੱਕ ਸਵਾਲ ਕਰਦਾ ਤੁਹਾਨੂੰ ਸਾਰਿਆਂ ਨੂੰ, ਪਰ ਸਭ ਤੋਂ ਪਹਿਲਾਂ ਮੈਂ ਲਵਿਸ਼ ਨੂੰ ਕਰੂੰਗਾ। ਤੁਸੀਂ ਵੀ ਕਮੈਂਟ 'ਚ ਜਾ ਕੇ ਜਵਾਬ ਦੇਣਾ, ਕੁੱਤਾ ਹਮੇਸ਼ਾ ਜੀਭ ਕਿਉਂ ਕੱਢ ਕੇ ਰੱਖਦਾ? ਦੇਖ ਲਾ ਹਲੇ ਵੀ ਕੱਢੀ ਹੋਈ ਆ, ਬੇਸ਼ੱਕ ਉਹਦੇ ਮਾੜੀ ਜੀਭ ਕਦੇ ਬਾਹਰ ਕੱਢੀ ਆ। ਜੋ ਜਿੱਦਾਂ ਕੁੱਤੇ ਨੇ ਮੂੰਹ ਲਾਇਆ ਨਾ ਭਾਈ, ਤੇ ਮੈਂ ਇੰਨੀ ਘੈਂਟ ਲੈਨ ਜੋੜ ਸਕਦਾ ਨਾ, ਤੇ ਹੁਣ ਤੱਕ ਤਾਂ ਜੁੜ ਵੀ ਗਈ ਹੋਣੀ, ਤੁਸੀਂ ਦੇਖ ਵੀ ਲਈ ਹੋਣੀ ਆ। ਹਾਈ ਗਾਈਸ, ਵੀ ਆਰ ਪਹੁੰਚਿੰਗ ਐਟ ਦਾ ਪੰਜਾਬ ਪੈਟ ਪੁਆਇੰਟ ਐਂਡ ਸੀਜ਼ਰ ਇਜ਼ਿੰਗ ਆਜਿੰਗ ਅਗੇਨ। ਉਹ ਧਿਆਨ ਮੇਰਾ ਫੋਨ ਛੱਡ। ਅੱਛਾ ਪਿੱਛੇ ਹੀ ਜਾਣਾ ਪਿਆ, ਆ ਜਾ। ਇਹ ਕੀ ਚਾਹੁੰਦਾ ਆ? ਆ ਜਾ ਇੱਧਰ ਆ ਜਾ। ਓਏ ਉਹਨੂੰ ਪਤਾ ਲੱਗ ਗਿਆ ਕਿ ਪੰਜਾਬ ਪੈਟ ਪੁਆਇੰਟ ਆ ਗਏ ਆ ਆਪਾਂ ਹੁਣ ਉਹਦੇ, ਹੁਣ ਭੱਜ ਕੇ ਮੈਂ ਕਰਿਆ ਹੁਣ ਹੁਣ ਇਹਦੇ ਟੀਕੇ ਲੱਗਣਾ ਨਾ, ਤੁਹਾਨੂੰ ਦੁੱਖ ਲੱਗਦਾ ਹੁਣ ਇਹਦੇ।
ਫੇਰ ਭੱਜਣ ਦੀ ਕੋਸ਼ਿਸ਼। ਮੇਰਾ ਇੱਕ ਯਾਰ ਦੋਸਤ ਨਾ ਤੇ ਟੀਕਾ ਲਗਾਉਣ ਆਇਆ ਜਦੋਂ ਟੀਕਿਆਂ ਦੇ ਦਿਨ ਸੀਗੇ, ਉਹਨੇ ਨਾ ਪਟਾ ਨਹੀਂ ਸੀ ਪਾਇਆ ਤੇ ਕੱਲੀ ਸੰਗਲੀ ਜੀ ਪਾਈ ਹੋਈ ਸੀਗੀ ਤੇ ਮਗਰ ਗਲੀਆਂ 'ਚ ਭੱਜ ਗਿਆ ਇੱਧਰਲੇ ਬੰਨੇ ਤੇ ਮੁੜ ਕੇ ਉਹ ਫੜ ਕੇ ਲਿਆਇਆ ਪਿੱਛੇ ਮਹੱਲਿਆਂ 'ਚ। ਗਰਮੀ ਬਾਬੇ ਦੀ ਕਿਰਪਾ ਨਾਲ ਵਧੀਆ ਚੱਲ ਰਹੀ ਹੈ। ਇੱਕ ਤਾਂ ਜੀ ਇਹਦੇ ਕੰਨ ਤੁਹਾਨੂੰ ਪਤਾ ਕਲੀਨ ਕਰਨੇ ਆ, ਸਭ ਤੋਂ ਪਹਿਲਾਂ ਬਾਤ ਕਰਾ ਲਈਏ ਤੇ ਉਦੋਂ ਪਹਿਲਾਂ ਮਿਲੋ ਭਾਜੀ ਹੁਣ ਦੇ ਨਾਲ। ਭਾਈ ਸਤਿ ਸ਼੍ਰੀ ਅਕਾਲ ਕਰ ਦਿਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਥੱਲੇ ਤੱਕ ਵੀ ਜਿਹੜਾ ਪੁਰਾਣਾ ਵਲੌਗ ਬਣਾਇਆ ਸੀਗਾ ਤੁਸੀਂ ਜਾ ਕੇ ਚੈਨਲ 'ਤੇ ਦੇਖ ਸਕਦੇ ਆ ਪੰਜਾਬ ਪੈਟ ਪੁਆਇੰਟ ਵਾਲਾ, ਜੇ ਤੁਸੀਂ ਪਹਿਲਾਂ ਨਹੀਂ ਦੇਖਿਆ। ਥੱਲੇ ਤੱਕ ਵੀ ਭਾਜੀ ਕਮੈਂਟ ਆਉਂਦੇ ਰਹਿੰਦੇ ਆ, ਮੈਂ ਦੇਖਿਆ ਬਹੁਤ ਕਾਲ ਆਉਂਦੀਆਂ ਉਸ ਤੋਂ ਬਹੁਤ ਜ਼ਿਆਦਾ। ਮੇਰਾ ਖਿਆਲ ਰੀਸੈਂਟਲੀ ਕੱਲ੍ਹ ਵੀ ਆ ਕੇ ਹਟਿਆ। ਅੱਛਾ ਸ਼ਾਇਦ ਬਰਨਾਲੇ ਸਾਈਡ ਤੋਂ ਹੀ ਕਿਸੇ ਦੀ ਕਿੰਨੀ ਪਿਛਲੀ ਡਿਮਾਂਡ ਸੀ। ਅੱਛਾ ਜੀ। ਫਿਰ ਇੱਕ ਦਿਨ ਪਹਿਲਾਂ ਆਇਆ ਉਧਰੋਂ ਫਰੀਦਕੋਟ ਤੋਂ ਆਇਆ। ਅੱਛਾ ਜੀ। ਕਾਫੀ ਕਾਲ ਆਉਂਦੀਆਂ ਤੁਹਾਡੇ ਉਸ ਜਿਹੜੇ ਚੈਨਲ ਤੁਸੀਂ ਪਾਈ ਸੀ ਨਾ ਵਲੌਗ, ਉਹ ਤੋਂ ਬਹੁਤ ਜ਼ਿਆਦਾ ਕੋਈ ਇਨਕੁਆਇਰੀ ਆਉਂਦੀ। ਤੇ ਇਸ ਟਾਈਮ ਵੀ ਜੇ ਤੁਸੀਂ ਕੁਝ ਕਿਸੇ ਵੀ ਤਰੀਕੇ ਦਾ ਪੈਟ ਬਾਈ ਕਰਨਾ ਚਾਹੁੰਦੇ ਆ ਨਾ, ਇਵਨ ਇੰਪੋਰਟਡ ਵੀ, ਤੁਸੀਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤਾ ਹੈ, ਤੁਸੀਂ ਕਾਲ ਕਰ ਸਕਦੇ ਹੋ। ਆਓ ਕੁੱਤਾ ਨਵਾ ਲਈਏ ਹੁਣ। ਸੀਜਾ ਜੀ ਇਹਦੇ ਵਿੱਚ ਕੱਲੀ ਜੀ ਪਾ ਲਈਏ ਯਾਰ, ਭਾਅ ਜੀ ਇਹਨੇ ਪੈਣਾ ਮੈਨੂੰ ਵੀ ਪੈ ਜਾਣਾ, ਬਹੁਤ ਗੰਦਾ ਕੁੱਤਾ ਹੈ, ਬਹੁਤ ਕੁੱਤਾ ਕੁੱਤਾ ਬਹੁਤ ਹੈ। ਫਿਰ ਦੀ ਸ਼ਾਓ ਸ਼ਾਓ ਵੀ ਹੈਗਾ ਆ, ਪਰਪਲ ਜੀ ਵਾਲਾ ਕੁੱਤਾ ਕਿੰਨਾ ਕਿਊਟ ਆ। ਔਰ ਇੱਥੇ ਇਹਦੀ ਸ਼ਕਲ ਦੇਖ ਕੇ ਮੈਨੂੰ ਬਹੁਤ ਪਹਿਲਾਂ ਜੀ ਵੋਡਾ ਫੋਨ ਵਾਲਾ ਕਹਿੰਦੇ ਸੀ ਨਾ, ਮੈਂ ਵੀ ਕੁੱਤੇ ਦੇ ਪਾਉਣ ਲੱਗੀਆਂ ਜੀ ਸ਼ਕੰਜਵੀ, ਇਹਦੇ ਵਿੱਚ ਦੇਖ ਇੱਧਰ ਮਾੜੀ ਵੀ ਚੌਂਪ ਐਂ ਕੀਤੀ ਕੁੱਤੇ ਨੇ, ਮਾੜੀ ਨਹੀਂ ਕੀਤੀ। ਇਹਨੂੰ ਕਹਿੰਦੇ ਆ ਅਸਲੀ ਸਿਆਣੇ ਕੁੱਤੇ, ਭਾਜੀ ਇਹਨੂੰ ਕੰਦੇ ਉੱਪਰ ਕਰ ਰੱਖ ਥੱਲੇ ਇਹਨੂੰ ਕਹਿੰਦੇ ਆ ਨਕਲੀ ਬੰਦੇ। ਸੌਰੀ ਭਾਜੀ ਮੇਰੀ ਬੱਖੀ ਛੱਲਦੀ ਮਾਰ ਮਾਰ ਕੇ। ਸੌਰੀ 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 ਬਾਈ ਸੌਰੀ ਸੌਰੀ ਆਈ। ਸੋਹਣਾ ਜਿਹਾ ਬਣਾਉਣਾ ਤੇ ਤੁਸੀਂ ਤੇਰਾ ਵਿਆਹ ਕਰਨਾ, ਆਪਾਂ ਸੋਹਣੀ ਜੀ ਕੁੜੀ ਲੈ ਕੇ ਉਹਦੇ ਨਾਲੇ ਆਪਾਂ ਲਹਿੰਗਾ ਪਾਉਣਾ ਜੀ, ਨਾਲੇ ਆਪਾਂ ਉਹਦੇ ਆਪਾਂ ਇੱਦਾਂ ਦੀਆਂ ਚੀਜ਼ਾਂ ਚੂਜ਼ਾਂ ਪਾਉਣੀਆਂ ਸੀ ਆਪਾਂ, ਇੱਦਾਂ ਨਾ ਮੰਮੀਆਂ ਧਿਆਨ ਡਿਵਰਟ ਕਰਦੀਆਂ ਹੁੰਦੀਆਂ ਨਿਆਣਿਆਂ ਦਾ ਸਕੂਲ ਕਰਨ ਨੂੰ, ਉਹ ਮਿਲਾਵੂੰਗਾ ਇੱਦਾਂ ਵੀ ਕੈਮਰੇ ਮੋਰੇ ਥੋੜੀ ਬੋਲੀ ਦਾ ਹੁੰਦਾ, ਮੈਂ ਜੱਫੀ ਪਾਉਣੀ ਸੀ। ਪਹਿਲਾਂ ਮੈਨੂੰ ਲੱਗਾ ਸ਼ਾਇਦ ਸਿਰਫ ਕੰਨਾਂ ਦਾ ਹੀ ਕੰਮ ਹੋਊਗਾ, ਪਰ ਇੱਥੇ ਆ ਕੇ ਮੈਨੂੰ ਪਤਾ ਲੱਗ ਰਿਹਾ ਕਿ ਸਾਡੇ ਪਿਆਰੇ ਸੀਜ਼ਰ ਦੇ ਚਿੱਚੜ ਵੀ ਬਹੁਤ ਪਏ ਹੋਏ। ਨਹੀਂ ਫਿਰ ਵੀ ਕਿੰਨੇ ਕੁ ਚਿੱਚੜ ਆ, 15 20 30 40 50 ਹਜ਼ਾਰ 100 ਤੋਂ ਉੱਪਰ ਆ ਭਾਜੀ, 50 ਤੋਂ ਉੱਤੇ ਆ।
ਗਿਣ ਲੈ ਭਾਜੀ ਤੁਸੀਂ ਇਦਾਂ ਆ ਪੰਜਾਬ ਬੈਟ ਵਾਲੇ ਦੀ ਸਪੀਡ ਬਹੁਤ ਹੈ ਗਿਣ ਲੈਂਦੇ ਮਿੰਟ ਮਿੰਟ ਚਿੱਚੜ ਪਰ ਯਾਰ ਗੱਲਬਾਤ ਬਣਾਤੀ ਕੁੱਤੇ ਦੀ ਬਾਕੀ ਚਿੱਚੜਾਂ ਦਾ ਇਲਾਜ ਵੀ ਦੱਸਤਾ ਭਾਈ ਚਿੱਚੜਾਂ ਦਾ ਇਲਾਜ ਵੀ ਲੱਗੇ ਨਾਲ ਦਾ ਨਾਲ ਕਰਾਉਣ ਯਾਰ ਬੜਾ ਸੋਹਣਾ ਲੱਗਦਾ ਪਿਆ ਯਾਰ ਇਹ ਕੀ ਕੱਟਣ ਲੱਗਿਆ ਭਲਾ ਪਰ ਕੱਟ ਲਈਏ ਆਵਾਜ਼ ਕਰ ਦੀ ਨਾ ਬਈ ਸੀਜ਼ਰ ਦਾ ਬਣਨ ਲੱਗਾ ਸਟਾਈਲ ਉਦਾਂ ਇੱਕ ਵਾਰੀ ਫੇਰ ਗੱਲ ਕਰਦੇ ਵੀ ਬਾਕੀ ਪੈਟ ਸ਼ੋਪਾਂ ਦੀ ਆਪਾਂ ਬੇਇੱਜ਼ਤੀ ਨਹੀਂ ਕਰਦੇ ਪਰ ਜਿਹੜਾ ਆਹ ਪੈਟ ਸ਼ੋਪ ਹੈ ਨਾ ਭਾਈ ਜਾਨ ਕੋਈ ਨਾ ਕੋਈ ਕੋਂਬੋ ਜ਼ਰੂਰ ਦਿੰਦਾ ਭਾਜੀ ਨੇ ਮੈਨੂੰ ਇੱਕ ਬਹੁਤ ਵਧੀਆ ਗੱਲ ਦੱਸੀ ਆ ਕਿ ਦੱਸਣੀ ਵੀ ਚਾਹੀਦੀ ਆ ਇਹਦੇ ਜਿਹੜਾ ਕੰਨ 'ਚ ਪਾਣੀ ਪੈਣ ਦਾ ਜਿਹੜਾ ਰੀਜ਼ਨ ਆ ਮੈਂ ਚਾਹੁੰਦਾ ਵੀ ਇਹ ਗੱਲ ਤੁਹਾਡੇ ਸਾਰਿਆਂ ਨਾਲ ਵੀ ਸ਼ੇਅਰ ਕੀਤੀ ਜਾਵੇ ਕਿਉਂਕਿ ਤੁਸੀਂ ਵੀ ਪੈਟ ਲਵਰਸ ਹੋ ਤੁਹਾਡੇ ਕੋਲ ਵੀ ਪੈਟ ਹੋਣਗੇ ਕਿਉਂ ਭਾਜੀ ਅਸੀਂ ਫੋਕਸ ਕਰਕੇ ਦਿਖਾਇਓ ਆ ਦੇਖੋ ਆ ਫੰਗਸ ਬਣ ਗਈ ਨਾ ਅੰਦਰ ਇਹ ਪਾਸਿਆਂ ਦੇ ਨਾਲ ਆ ਦੇਖੋ ਆ ਹੱਥ ਲਗਾਉਣਾ ਦਰਦ ਕਰ ਰਹੀ ਨਾ ਇਹ ਇਨਫੈਕਸ਼ਨ ਇਸ ਜਗ੍ਹਾ ਤੱਕ ਚਲੇਗੀ ਇਹਦਾ ਮੇਨ ਕਾਰਨ ਹੈਗਾ ਜਦੋਂ ਆਪਾਂ ਕੋਈ ਵੀ ਪੈਟ ਰੱਖਦੇ ਹਾਂ ਭਾਵੇਂ ਕਿਸੇ ਵੀ ਬਰੀਡ ਦਾ ਹੈਗਾ ਉਹਨੂੰ ਬਾਅਦ ਦੇਣ ਲੱਗੇ ਸਾਨੂੰ ਹਮੇਸ਼ਾ ਇਸ ਕੰਨ ਦੇ ਅੰਦਰ ਨਾ ਕੋਟਨ ਦੇ ਨਾਲ ਪਲੱਗ ਕਰ ਦੇਣਾ ਚਾਹੀਦਾ ਤਾਂ ਕਿ ਜਿਹੜਾ ਪਾਣੀ ਆ ਉਹ ਕੰਨ ਦੇ ਅੰਦਰ ਡੀਪ ਨਾ ਜਾਵੇ ਅਗਰ ਡੀਪ ਕੰਨ ਚਲੇ ਗਿਆ ਪਾਣੀ ਤਾਂ ਫਿਰ ਇਹ ਵਾਲੀ ਚੀਜ਼ ਹੋ ਜਾਏਗੀ ਜਿਵੇਂ ਤੁਹਾਡੇ ਪਾਣੀ ਘੱਟ ਤੋਂ ਘੱਟ ਇੱਕ ਤੋਂ ਮਹੀਨਾ ਡੇਢ ਮਹੀਨਾ ਦੋ ਮਹੀਨੇ ਪਹਿਲਾਂ ਦਾ ਜਿਹੜੀ ਇਨਫੈਕਸ਼ਨ ਇਹਦੇ ਕੰਨ 'ਚ ਗਈ ਔਰ ਖਾਸ ਤੌਰ 'ਤੇ ਕੋਕਰ ਜਿਹੜੇ ਡੌਗ ਹੈਗੇ ਆ ਇਹਨਾਂ ਦੀ ਬੜੀ ਪੇਨਫੁਲੀ ਹੁੰਦੀ ਆ ਕਿਉਂਕਿ ਇਹਦੇ ਹਵਾ ਲੱਗਦੀ ਨਹੀਂ ਕੰਨ ਨੂੰ ਅੰਦਰੋਂ ਬੰਦ ਰਹਿੰਦੇ ਸਲੈਬ ਗਿਰੇ ਹੁੰਦੇ ਆ ਉਹਦੇ ਨਾਲ ਜਿਹੜੀ ਪ੍ਰੋਬਲਮ ਆ ਇਹ ਮੇਜਰ ਰੂਟ ਧਾਰ ਜਾਂਦੀ ਹੈ ਇਨਫੈਕਸ਼ਨ ਦਾ ਇਸ ਕਰਕੇ ਕੋਈ ਵੀ ਕੰਮ ਆ ਉਹਨੂੰ ਕਰਨ ਤੋਂ ਪਹਿਲਾਂ ਇਹਦੇ 'ਚ ਕੰਨ 'ਚ ਪਲੱਗ ਕਰ ਦਿਓ ਕੋਟਨ ਨੂੰ ਤਾਂ ਕਿ ਪਾਣੀ ਵਿੱਚ ਜਾਵੇ ਨਾ ਨਹਾ ਰਿਹਾ ਉਸ ਤੋਂ ਬਾਅਦ ਇਹਨੂੰ ਕਰ ਦਿਓ ਹੁਣ ਇਹ ਸਾਰਾ ਕੁਝ ਹੋ ਗਿਆ ਹੁਣ ਇਹਦਾ ਭਾਅ ਜੀ ਕੋਈ ਹੱਲ ਐਂਟੀਬਾਇਓਟਿਕ ਦੇਣਾ ਪੈਣਗੇ ਹੋ ਜਾਊਗਾ ਪਰ ਹਾਂ ਥੋੜ੍ਹਾ ਟਾਈਮ ਲੱਗੇਗਾ ਲੇਕਿਨ ਤੁਹਾਨੂੰ ਕਲੀਨਿੰਗ ਇਹਦੀ ਪ੍ਰੋਪਰ ਕਰਨੀ ਪੈਣੀ ਘਰ ਠੀਕ ਹੈ ਕਿਉਂਕਿ ਮੈਂ ਔਨਲਾਈਨ ਵੀ ਦੇਖਿਆ ਕਿ ਕੋਕਰ ਸਪੈਨੀਅਲ ਸਪੈਸ਼ਲੀ ਆਪਾਂ ਕੋਕਰ ਸਪੈਨੀਅਲ ਦੀ ਗੱਲ ਕਰੀਏ ਤਾਂ ਇਹਨਾਂ ਕੰਮਾਂ ਦੇ ਵਿੱਚ ਬਹੁਤ ਔਖਾ ਹੁੰਦਾ ਕੋਕਰ ਸਪੈਨੀਅਲ ਦਾ ਹਨਾ ਜੀ ਇਸ ਡੌਗ ਦੇ ਵੀ ਕੰਨਾਂ ਦਾ ਫਲੈਪ ਇੱਦਾਂ ਗਿਰ ਗਿਆ ਲੰਬਾ ਹਾਂਜੀ ਉਹਨਾਂ ਨੂੰ ਹਵਾ ਨਹੀਂ ਪੈਣੀ ਕੰਨਾਂ ਨੂੰ ਉਹਨਾਂ 'ਚ ਦਿੱਕਤ ਆਉਣੀ ਆਉਣੀ ਹੁਣ ਇਹਨੂੰ ਜਦੋਂ ਕਲੀਨ ਵੀ ਕਰਨਾ ਆਪਾਂ ਇਹਨੂੰ ਪੇਨ ਮਹਿਸੂਸ ਬਹੁਤ ਹੋਣੀ ਹੈ ਸਾਰੀ ਵੇਸਟ ਕਰੀ ਹੋ ਗਿਆ ਭਾਜੀ ਸ਼ੁਕਰੀਆ ਜੀ ਭਾਜੀ ਬਹੁਤ ਬਹੁਤ ਓਕੇ ਭਾਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੇ ਹੁਣ ਮੈਨੂੰ ਬਲੌਗ ਦਾ ਦੱਸ ਦਿਓ ਕਿੱਦਾਂ ਕਰਨੀ ਹੈ ਫਿਰ ਜਦੋਂ ਮਰਜ਼ੀ ਆਓ ਪੱਕੀ ਗੱਲ ਰਹਿ ਗਈ ਐਡਿਟ ਕਰਕੇ ਆ ਜਾਓ ਆਪਾਂ ਬਣਾ ਲਾਂਗੇ ਤੁਹਾਡਾ ਟਾਈਮ ਜਿੱਦਣ ਸੈਟ ਆ ਮੈਨੂੰ ਫੋਨ ਕਰ ਦਿਓ ਬਸ ਤੁਸੀਂ ਜਦੋਂ ਮਰਜ਼ੀ 1 2 4 ਦਿਨ ਦੇ ਵਿੱਚ ਆ ਜਾਓ ਠੀਕ ਹੈ ਤੁਹਾਡਾ ਟਾਈਮ ਚਾਹੀਦਾ ਠੀਕ ਹੈ ਪੰਜਾਬ ਪੈਟਮਨ ਦਾ ਬਲੌਗ ਦੇਖਣ ਵਾਸਤੇ ਸਬਸਕ੍ਰਾਈਬ ਕਰ ਲਓ ਹੁਣੇ ਤੇ ਮੈਂ ਨਿਕਲਣ ਲੱਗਾ ਆ ਮਿਲਦੇ ਆ ਅੱਗੇ ਜਾ ਕੇ ਓਕੇ ਭਾਈ ਠੀਕ ਹੈ ਜੀ ਚੱਲ ਚਲੀਏ ਘਰ ਨੂੰ ਆਪਾਂ ਬਸ ਬਹੁਤ ਹੋ ਗਿਆ ਹੁਣ
ਨੋਰਮਲ ਘਰਾਂ ਦੇ ਕੁੱਤੇ ਹੁੰਦੇ ਨਾ ਇੱਦਾਂ ਅਲੱਗ ਤੋਂ ਛੱਡ ਦਿਓ ਅਤੇ ਭੱਜ ਜਾਂਦੇ ਕਿਤੇ ਨਾ ਕਿਤੇ ਇਹ ਵੇਟ ਕਰ ਰਿਹਾ ਖੜਾ ਹੋ ਕੇ ਕਦੋਂ ਗੇਟ ਖੁੱਲ੍ਹੇ ਤੁਸੀਂ ਅੰਦਰ ਜਾਈਏ ਸੀਧਰ ਭੌਂਕ ਹੀ ਪਾ ਇਹਨਾਂ ਨੂੰ ਤੂੰ ਰੈਸਟ ਮੋਡ 'ਚ ਆ ਹਾਲੇ ਆਪਣੇ ਆਪ ਆਪਣੇ ਰੂਮ ਬਾਹਰ ਆ ਗਿਆ ਆਪਾਂ ਵੀ ਇਹਨੂੰ ਡਿਸਟਰਬ ਨਹੀਂ ਕਰਨਾ ਸੀਜ਼ਰ ਨਾ ਕੈਮਰੇ 'ਚ ਦੇਖ ਕੇ ਅੰਕਲ ਜੀ ਵਾਧੂ ਗਮਲੇ ਨੇ ਜੀ ਕੋਈ ਚੱਕਰ ਨਹੀਂ ਮਾੜੇ ਜਿਹਾ ਇੱਕ ਗਿਆ ਸੀਜ਼ਰ ਨਾ ਮੈਨੂੰ ਦੇਖ ਕੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਕਿਉਂਕਿ ਮੈਂ ਕੈਮਰਾ ਔਨ ਕੀਤਾ ਹੋਇਆ ਸੀਗਾ ਨਾ ਅਤੇ ਉਹਨੂੰ ਲੱਗਾ ਸ਼ਾਇਦ ਅੱਜ ਫਿਰ ਮੈਨੂੰ ਲੱਗਦਾ ਵੀ ਬਲੀ ਨਾ ਚੜ ਜਾਵੇ ਬੱਕਰਾ ਹੈਗਾ ਵੀ ਉਦੋਂ ਬੱਕਰੇ ਵਰਗਾ ਅੱਛਾ ਉਹਨਾਂ ਜੁੜੀ ਹੁਣ ਬੱਕਰੇ ਭਾਜੀ ਅੱਗੇ ਜਾ ਕੇ ਬੋਲੋ ਮੈਂ ਵੀਡੀਓ ਬਣਾ ਰਿਹਾ ਹਾਂ ਅੱਗੇ ਜਾ ਕੇ ਬੋਲੋ ਜਦੋਂ ਡੇਂਗੂ ਦਾ ਟਾਈਮ ਚੱਲਦਾ ਪਿਆ ਸੀ ਨਾ ਅਤੇ ਉਦੋਂ ਨਾ ਸੀਜ਼ਨ ਨੂੰ ਬਾਹਰ ਇੱਥੇ ਬੰਨਿਆ ਹੁੰਦਾ ਸੀ ਗੇਟਾਂ ਦੇ ਨਾਲ ਕੋਈ ਆਇਆ ਅੰਕਲ ਕਹਿੰਦੇ ਵੀ ਤੁਹਾਡੇ ਬੱਕਰੀ ਰੱਖੀ ਹੋਈ ਆ ਸਾਨੂੰ ਦੁੱਧ ਚਾਹੀਦਾ ਅਤੇ ਬਾਪੂ ਸਾਡੇ ਥੋੜ੍ਹੇ ਮਜ਼ਾਕੀ ਆ ਸਟਾਈਲ ਦੇ ਕਹਿੰਦੇ ਹਾਂਜੀ ਠੀਕ ਹੈ ਜੀ ਜਾ ਕੇ ਚੋਲੋ ਸਾਨੂੰ ਤਾਂ ਨਹੀਂ ਚੋਣਾ ਆਉਂਦਾ ਕਿਤੇ ਸ਼ੌਂਕੀਆ ਦੂਰ ਉੱਤੇ ਰੱਖੀ ਆ ਉਦਾਂ ਉੱਥੇ ਚੋਣ ਗਿਆ ਸੀਜ਼ਨ ਉਹਨੂੰ ਪੈ ਗਿਆ ਇੱਦਾਂ ਦੀਆਂ ਗੱਲਾਂ ਚੱਲਦੀਆਂ ਰਹਿਣੀਆਂ ਫਿਲਹਾਲ ਸੀਜ਼ਰ ਬਹੁਤ ਵਧੀਆ ਆ ਠੀਕ ਆ ਕੰਨ ਕੁੰਨ ਵੀ ਐਨ ਝਾੜਦਾ ਜਦੋਂ ਬਾਹਰ ਖੇਡਦਾ ਪਾਰਕ 'ਚ ਅਤੇ ਮੇਰੀ ਇੰਸਟਾਗ੍ਰਾਮ 'ਤੇ ਤੁਸੀਂ ਜਾ ਕੇ ਵੀਡੀਓਜ਼ ਤੁਸੀਂ ਦੇਖ ਸਕਦੇ ਆ ਉੱਥੇ ਮੈਂ ਪਾਉਂਦਾ ਰਹਿੰਦਾ ਜਦੋਂ ਖੇਡਦਾ ਹੋਊਗਾ ਡਿਸਕ੍ਰਿਪਸ਼ਨ ਦੇ ਵਿੱਚ ਮੇਰੇ ਸਾਰੇ ਲਿੰਕ ਹੈਗੇ ਆ ਪੰਜਾਬ ਐਟ ਪੁਆਇੰਟ ਦਾ ਨੰਬਰ ਵੀ ਹੈਗਾ ਆ ਐਵਰੀਥਿੰਗ ਇਜ਼ ਇਨ ਡਿਸਕ੍ਰਿਪਸ਼ਨ ਇਹਦੇ ਨਾਲ ਵੀਡੀਓ ਬਹੁਤ ਜਲਦੀ ਲੈ ਕੇ ਆ ਰਹੇ ਹਾਂ ਫਿਲਹਾਲ ਓਕੇ ਬਾਏ ਬਾਏ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਬਹੁਤ ਔਖਾ ਕੰਮ ਆ ਯਾਰ